ਅਸਲਾਮ ਵਾਲੇਕੁਮ ਜੀ, ਮੇਰਾ ਨਾਮ ਜੀ ਲੱਕੀ ਅਲੀ ਔਰ ਤੁਸੀਂ ਵੇਖ ਰਹੇ ਹੋ ਯੂਟਿਊਬ ਚੈਨਲ ਵਿਹਲਾ ਲੈਲਪੁਰੀਆ। ਅਤੇ ਜਨਾਬ, ਅੱਜ ਮੈਂ ਮੌਜੂਦ ਹਾਂ ਫੈਸਲਾਬਾਦ ਜਨਰਲ ਬੱਸ ਸਟੈਂਡ, ਔਰ ਮੇਰੇ ਸਾਹਮਣੇ ਤੁਸੀਂ ਬੱਸ ਵੇਖ ਰਹੇ ਹੋ ਨਿਊ ਖਾਨ ਬਸਰਾ, ਅਤੇ ਗੱਡੀ ਦਾ ਨੰਬਰ ਹੈ ਜੀ 8। ਔਰ ਇਹਦੇ 'ਤੇ ਜਨਾਬ ਅਸੀਂ ਅੱਜ ਜਾਣਾ ਫੈਸਲਾਬਾਦ 'ਚੋਂ ਲਾਹੌਰ। ਇਹ ਜੀ ਇਹਦੀ ਟਿਕਟ ਹੈ, 500 ਰੁਪਏ ਦੀ ਟਿਕਟ ਹੈ ਔਰ VIP ਸੀਟ ਹੈ ਆਪਣੀ। ਔਰ ਜੀ ਤਰੀਕ ਹੈਗੀ ਅੱਜ 8 ਅਗਸਤ 2024 ਔਰ 6:34 ਹੋ ਗਏ ਹੈ। ਔਰ ਵੇਖਾਂਗੇ ਕਿ ਕਿੰਨੇ ਵਜੇ ਨਿਕਲਦੀ ਹੈ ਇੱਥੋਂ ਫੈਸਲਾਬਾਦ ਜਨਰਲ ਬੱਸ ਸਟੈਂਡ 'ਚੋਂ, ਔਰ ਕਿੰਨੇ ਵਜੇ ਸਾਨੂੰ ਲਾਹੌਰ ਪਹੁੰਚਾਏਗੀ। ਔਰ ਆ ਜਾਓ, ਤੁਹਾਨੂੰ ਮੈਂ ਗੱਡੀ ਵਿਖਾਉਂਦਾ। ਔਰ ਮਾਸ਼ਾਅੱਲਾ, ਪਹਿਲੇ ਬਲੋਚ 'ਤੇ ਸਫ਼ਰ ਕੀਤਾ ਹੋਇਆ ਜੀ ਲਾਹੌਰ ਦਾ, ਲੇਕਿਨ ਅੱਜ ਜਿਹੜਾ ਹੈ ਕਿ ਅਸੀਂ ਨਿਊ ਖਾਨ ਬਸਰੇ 'ਤੇ ਜਾਵਾਂਗੇ। ਔਰ ਇਹਦੀ ਸਕਰੀਨ 'ਤੇ ਅਗਲੇ ਪਾਸੇ ਅਲ ਰਹਿਮਾਨ ਵੀ ਲਿਖਿਆ ਹੋਇਆ। ਆ ਜਾਓ, ਪਹਿਲੇ ਅੰਦਰੋਂ ਵਿਖਾਉਂਦਾ ਮੈਂ ਤੁਹਾਨੂੰ ਗੱਡੀ। ਆਹ ਇਹ ਜੀ ਮਾਸ਼ਾਅੱਲਾ ਆਪਣੀ ਬੱਸ ਹੈ ਰਾਣੀ, ਔਰ ਇਹਦੇ 'ਤੇ ਸਫ਼ਰ ਕਰਨਾ ਹੈ। ਅਤੇ ਸੀਟਾਂ ਮਾਸ਼ਾਅੱਲਾ ਕਾਫ਼ੀ ਮੋਟੇ ਮੋਟੇ ਕੁਸ਼ਨ ਦੀਆਂ ਗੱਦੀਆਂ ਹੈ, ਬੜੀ ਪਿਆਰੀ ਗੱਡੀ ਹੈ ਜਨਾਬ। ਸੀਟਾਂ ਬੜੀਆਂ ਮਜ਼ੇਦਾਰ ਲੱਗੀਆਂ ਹੋਈਆਂ ਇਸ ਗੱਡੀ ਨੂੰ, ਔਰ ਸਹੀਦ ਵਾਲਿਆਂ ਦੀ ਬਾਡੀ ਇਹਦੇ 'ਤੇ ਵੀ। ਔਰ ਇਹ ਮਾਸ਼ਾਅੱਲਾ, ਅੱਜ ਜੀ ਪਹਿਲੇ ਬਲੋਚ ਅਤੇ ਲਾਹੌਰ ਦਾ ਸਫ਼ਰ ਕੀਤਾ ਹੋਇਆ, ਲੇਕਿਨ ਅੱਜ ਅਸੀਂ ਨਿਊ ਖਾਨ ਬਸਰੇ 'ਤੇ ਕਰਾਂਗੇ ਸਫ਼ਰ ਇਨਸ਼ਾਅੱਲਾ। ਔਰ ਇਹ ਉਸਤਾਦ ਜੀ ਬੈਠੇ ਆ, ਔਰ LCD ਵਗੈਰਾ ਲੱਗੀ ਹੈ, ਔਰ ਉਹ VIP ਸੀਟ ਆ ਆਪਣੀ। ਔਰ ਟਾਇਰ ਸ਼ਾਇਰ ਗੱਡੀ ਦੇ ਬਿਲਕੁਲ ਨਵੇਂ ਆ, ਪਿਛਲੇ ਵੀ ਵੇਖ ਲਈਏ, ਪਿਛਲੇ ਟਾਇਰ ਵੀ ਬਿਲਕੁਲ ਨਵੇਂ ਆ ਜਨਾਬ ਗੱਡੀ ਦੇ। ਔਰ ਉਹ ਤੁਹਾਨੂੰ ਅੱਗੋਂ ਲੋਕ ਵਿਖਾਉਂਦੇ ਆ ਗੱਡੀ ਦੀ। ਇਹ ਜੀ ਮਾਸ਼ਾਅੱਲਾ ਆਪਣੀ ਗੱਡੀ ਫਰੰਟ ਤੋਂ ਨੰਬਰ ਬੜਾ ਪਿਆਰਾ 8 ਨੰਬਰ, ਅਲ ਰਹਿਮਾਨ ਲਿਖਿਆ ਜੀ ਨਿਊ ਖਾਨ ਬਸਰਾ। ਔਰ ਜੀ 28 ਨੰਬਰ ਸਟੈਂਡ 'ਚੋਂ ਨਿਕਲਦੀ ਹੈ ਫੈਸਲਾਬਾਦ 'ਚੋਂ। ਔਰ ਇਹ ਵੇਖੋ ਮਾਸ਼ਾਅੱਲਾ ਬੜੀ ਰੌਣਕ ਹੈ ਫੈਸਲਾਬਾਦ ਜਨਰਲ ਬੱਸ ਸਟੈਂਡ। ਇੱਧਰ ਵੇਖੋ ਪਕੌੜੇ ਸ਼ਕੌੜੇ ਲੱਗੇ ਆ, ਔਰ ਨਾਲ ਹੀ ਅਕਮਲ ਚੀਮਾ ਖਲੋਤਾ ਹੈ ਜਨਾਬ। ਹੀਨੋ ਬੱਸ ਹੈ ਜੀ, ਹੀਨੋ ਕੰਪਨੀ ਦੀ, ਔਰ ਸਹੀਦ ਵਾਲਿਆਂ ਦੀ ਬਾਡੀ, ਔਰ ਇਹ ਗੋਲਡਨ ਨੰਬਰ। ਇਹ ਜੀ ਮਾਸ਼ਾਅੱਲਾ ਫੈਸਲਾਬਾਦ ਜਨਰਲ ਬੱਸ ਸਟੈਂਡ ਬੈਕ ਸਾਈਡ ਤੋਂ ਵੇਖੋ ਤੁਸੀਂ, ਮਾਸ਼ਾਅੱਲਾ ਬੜੀਆਂ ਪਿਆਰੀਆਂ ਪਿਆਰੀਆਂ ਬੱਸਾਂ ਖਲੋਤੀਆਂ ਇੱਥੇ। ਔਰ ਉਹ ਗੱਡੀ ਸਬਜ਼ ਕਲਰ ਦੀ ਬੜੀ ਖੂਬਸੂਰਤ ਖੜੀ ਹੈ, ਔਰ ਇਹਦੇ ਤੋਂ ਬਾਅਦ ਇਹ ਗੱਡੀ ਜਾਏਗੀ ਇਨਸ਼ਾਅੱਲਾ। ਔਰ ਜ਼ਫਰਵਾਲ ਦੀ ਗੱਡੀ ਖੜੀ ਹੈ 8376। ਔਰ ਵੇਖੋ ਜੀ ਮਾਸ਼ਾਅੱਲਾ ਉਹ ਕੋਸਤਾਨ ਲੱਗੀ ਹੈ, ਉਹਦੇ 'ਤੇ ਅਸੀਂ ਸਫ਼ਰ ਵੀ ਕੀਤਾ ਹੋਇਆ ਰਾਵਲ ਪਿੰਡੀ 'ਚੋਂ ਫੈਸਲਾਬਾਦ ਦਾ। ਔਰ ਉਹ ਸਾਹਮਣੇ ਆਪਣੀ ਬੱਸ ਖਲੋਤੀ ਹੈ ਜਨਾਬ, ਉਹ ਹੋਇਆ ਜਿਹੜੀ ਗੱਡੀ ਖਲੋਤੀ ਹੈ ਨਾ ਜੀ ਮਾਸ਼ਾਅੱਲਾ, ਇਹਦੇ 'ਤੇ ਸਫ਼ਰ ਕਰਨਾ ਸੀ, ਇਹਨੇ ਵੀ ਲਾਹੌਰ ਜਾਣਾ, ਲੇਕਿਨ ਨਾ ਅਸੀਂ ਬਲੋਚ ਕੰਪਨੀ ਦੇ ਪਹਿਲੇ ਲਾਹੌਰ ਦਾ ਸਫ਼ਰ ਕਰ ਚੁੱਕੇ ਹਾਂ, ਔਰ ਇਨਸ਼ਾਅੱਲਾ ਇਹਦੇ 'ਤੇ ਇੱਕ ਦਿਨ ਲਾਜ਼ਮੀ ਸਫ਼ਰ ਕਰਾਂਗੇ। ਬੜੀ ਖੂਬਸੂਰਤ ਗੱਡੀ ਹੈ, ਇਹ ਵੇਖੋ ਇਹ ਸਾਰੀ ਲੈਨ ਜਿਹੜੀ ਲਾਹੌਰ ਦੀ ਹੈ, ਪਿੱਛੇ ਉਹ ਲਾਹੌਰ ਦੀ ਗੱਡੀ ਖਲੋਤੀ ਹੈ, ਇੱਕ ਇਹ ਆ ਕੇ ਖਲੋਤੀ ਹੈ, ਇੱਕ ਇਹ ਖਲੋਤੀ ਹੈ ਮਾਸ਼ਾਅੱਲਾ, ਇੱਕ ਉਹ ਲੱਗੀ ਹੋਈ ਹੈ। ਔਰ ਇਹ ਜੀ ਸਿਆਲਕੋਟ ਆ ਰਿਹਾ ਰਾਜਾ ਬੱਸ ਸਰਵਿਸ। ਰਾਜੇ 'ਤੇ ਅਸੀਂ ਇੱਕ ਵਾਰੀ ਸਿਆਲਕੋਟ ਜਾ ਰਹੇ ਸੀ ਅਤੇ ਰਸਤੇ 'ਚ ਖਰਾਬ ਹੋ ਗਈ, ਵੀਡੀਓ ਵੇਖੀ ਹੋਣੀ ਹੈ ਤੁਸੀਂ। ਔਰ ਇਹਦੇ ਤੋਂ ਪਿੱਛੇ ਵੀ ਰਾਜਾ ਕੋਚ ਆ ਰਹੀ ਹੈ ਜੀ ਆਪਣੇ ਸਟੈਂਡ ਦੇ ਵਿੱਚ। ਅਤੇ ਜੀ ਪਹਿਲੇ ਇਸ ਗੱਡੀ 'ਤੇ ਗਏ ਸੀ 763 'ਤੇ ਫੈਸਲਾਬਾਦੋਂ ਲਾਹੌਰ, ਔਰ ਅੱਜ ਨਿਊ ਖਾਨ ਬਸਰੇ 'ਤੇ ਜਾ ਰਹੇ ਹਾਂ। ਮੈਂ ਕਿਹਾ ਅੱਜ ਕੰਪਨੀ ਚੇਂਜ ਕਰਕੇ ਜਾਂਦੇ ਹਾਂ ਅਤੇ ਕੀ ਡਿਫਰੈਂਟ ਨਿਕਲਦਾ। ਔਰ ਮੈਨੂੰ ਲੱਗਦਾ ਤੁਸੀਂ ਮੇਰੀ ਲਾਰੀ ਅੱਡੇ 'ਚ ਗੋਲ ਗੱਪਿਆਂ ਦੀ ਰੇਹੜੀ ਲਵਾਉਣੀ ਹੈ,
ਤੁਸੀਂ ਮੇਰੀ ਹੁਣ ਵੀਡੀਓ ਲਾਈਕ ਔਰ ਸ਼ੇਅਰ ਨਹੀਂ ਕਰਦੇ, ਔਰ ਜਿਹੜੇ ਜਿਹੜੇ ਮੇਰੇ ਭਾਈ ਕਮੈਂਟ ਕਰਦੇ ਆ ਬਹੁਤ ਬਹੁਤ ਸ਼ੁਕਰੀਆ, ਔਰ ਇਨਸ਼ਾਅੱਲਾ ਇੱਕ ਦਿਨ ਇੱਕ ਬਕਾਇਦਾ ਵੀਡੀਓ ਸਾਰੇ ਭਾਈਆਂ ਦੇ ਕਮੈਂਟ ਪੜ੍ਹ ਕੇ ਔਰ ਉਹਦੇ 'ਤੇ ਬਣਾਵਾਂਗੇ ਇਨਸ਼ਾਅੱਲਾ। ਸਭ ਭਾਈਆਂ ਦੇ ਕਮੈਂਟ 'ਤੇ ਬੜੀ ਗੌਰ ਹੁੰਦੀ ਹੈ ਔਰ ਤਵੱਜੋ ਹੁੰਦੀ ਹੈ, ਔਰ ਇਨਸ਼ਾਅੱਲਾ ਇੱਕ ਦਿਨ ਬਕਾਇਦਾ ਜਿਹੜੀ ਵੀਡੀਓ ਹੈ ਉਹ ਪੂਰੀ ਕਮੈਂਟ 'ਤੇ ਅਸੀਂ ਬਣਾਉਣੀ ਹੈ, ਸਾਰੇ ਦੋਸਤਾਂ ਦੇ ਨਾਂ ਲਵਾਂਗੇ ਔਰ ਜੋ ਜੋ ਦੋਸਤਾਂ ਨੇ ਡਿਮਾਂਡ ਕੀਤੀ ਹੈ ਉਹ ਵੀ ਦੱਸਾਂਗੇ। ਔਰ ਇਹ ਖਲੋਤੀ ਹੈ ਜੀ ਕੋਸਤਾਨ, ਜਿਹਦੇ 'ਤੇ ਅਸੀਂ ਰਾਵਲ ਪਿੰਡੀ 'ਚੋਂ ਫੈਸਲਾਬਾਦ ਆਏ ਸੀ 365 ਨੰਬਰਾਂ ਦੀ। ਔਰ ਸਭ ਤੋਂ ਅਹਿਮ ਗੱਲ ਤਾਂ ਮੈਂ ਤੁਹਾਨੂੰ ਦੱਸਣੀ ਭੁੱਲ ਗਿਆ ਕਿ ਆਪਣੇ ਦੂਸਰੇ ਚੈਨਲ 'ਤੇ ਲੱਕੀ ਅਲੀ ਖਾਨ 76 ਲਿਖੋਗੇ ਤਾਂ ਆ ਜਾਏਗਾ, ਉਹਦੇ 'ਤੇ ਟ੍ਰੇਨ ਦੀ ਵੀਡੀਓ ਆ ਗਈ ਹੈ ਔਰ ਇਨਸ਼ਾਅੱਲਾ ਟ੍ਰੇਨ ਦੀ ਸਾਰੀ ਅਪਡੇਟ ਤੁਹਾਨੂੰ ਉਹਦੇ 'ਤੇ ਮਿਲਦੀ ਰਹੇਗੀ, ਔਰ ਬੱਸਾਂ ਦੀ ਜਿਹੜੀ ਅਪਡੇਟ ਹੈ ਉਹ ਤੁਹਾਨੂੰ ਇਸ ਚੈਨਲ 'ਤੇ ਮਿਲਦੀ ਰਹੇਗੀ। ਔਰ ਉਹ ਮੇਰਾ ਚੈਨਲ ਜਾ ਕੇ ਲਾਜ਼ਮੀ ਵੇਖਣਾ ਔਰ ਵੀਡੀਓ ਵੀ ਲਾਜ਼ਮੀ ਵੇਖਣਾ ਟ੍ਰੇਨ ਵਾਲੀ, ਮੈਂ ਲਿੰਕ ਥੱਲੇ ਲਾ ਦਿਆਂਗਾ। ਔਰ ਆ ਜਾਓ ਹੁਣ ਅੱਲਾ ਦਾ ਨਾਂ ਲੈ ਕੇ ਆਪਣੀ ਗੱਡੀ 'ਚ ਬਹਿ ਜਾਂਦੇ ਹਾਂ, ਬਲਕਿ ਪਹਿਲੇ ਤੁਹਾਨੂੰ ਫਰੰਟ 'ਤੇ ਥੋੜ੍ਹਾ ਜਿਹਾ ਬੱਸ ਸਟੈਂਡ ਵਿਜ਼ਿਟ ਕਰਾਈਏ। ਇਹ ਜੀ ਮਾਸ਼ਾਅੱਲਾ ਲਾਈਟਾਂ ਸ਼ਾਈਟਾਂ ਔਨ ਹੋ ਗਈਆਂ, ਇਹਦੀ ਡੈਕੋਰੇਸ਼ਨ ਚੱਲ ਰਹੀ ਹੈ। ਔਰ ਇਹ ਹੈ ਜੀ ਅੱਜ ਆਪਣੀ ਬੱਸ ਨਿਊ ਖਾਨ ਬਸਰਾ ਅਲ ਰਹਿਮਾਨ, ਔਰ ਇਹ ਜਾ ਰਹੀ ਹੈ ਜੀ ਲਾਹੌਰ ਬਲੋਚ ਵਾਲਿਆਂ ਦੀ ਗੱਡੀ। ਅਤੇ ਬੱਸ ਸਟੈਂਡ 'ਚ ਕਾਫੀ ਚਹਿਲ ਪਹਿਲ ਹੈ, ਰਾਜਾ ਕੋਚ ਖਲੋਤੀ ਹੈ 76 83। ਇਹ ਵੇਖੋ ਜੀ ਇਹ ਮਾਸ਼ਾਅੱਲਾ ਲੱਗ ਗਈ ਹੈ ਗੱਡੀ, ਇਹਦੇ 'ਤੇ ਇਨਸ਼ਾਅੱਲਾ ਲਾਹੌਰੋਂ ਵਾਪਸੀ ਦੀ ਵੀਡੀਓ ਲਾਜ਼ਮੀ ਇਹਦੀ ਬਣਾਵਾਂਗੇ। ਇੱਕ ਦਿਨ ਪਹਿਲੇ ਵੀ ਇਹ ਗੱਡੀ ਤੁਹਾਨੂੰ ਮੈਂ ਵਿਖਾਈ ਸੀ ਔਰ ਇਹਦੇ 'ਤੇ ਵੀਡੀਓ ਨਹੀਂ ਬਣਾ ਸਕੇ, ਬਸਰੇ 'ਤੇ ਚਲੇ ਗਏ ਸੀ ਡੇਰਾ ਗਾਜ਼ੀ ਖਾਨ। ਔਰ ਇਨਸ਼ਾਅੱਲਾ ਨੈਕਸਟ ਜਿਹੜਾ ਲਾਹੌਰੋਂ 5:30 ਨਿਕਲਦੀ ਹੈ ਲਾਹੌਰ ਜਰਨਲ ਬੱਸ ਸਟੈਂਡ 'ਚੋਂ, ਔਰ ਇਨਸ਼ਾਅੱਲਾ ਇਹਦੀ ਵੀਡੀਓ ਬਣਾਵਾਂਗੇ ਬਲੋਚ ਵਾਲਿਆਂ ਦੀ। ਬੜੀ ਖੂਬਸੂਰਤ ਗੱਡੀ ਹੈ ਔਰ 5655 ਇਹਦਾ ਨੰਬਰ ਹੈ ਜੀ। ਔਰ ਬਾਕੀ ਮਾਸ਼ਾਅੱਲਾ ਚੀਮੇ ਲੱਗੇ ਹੈ ਸਲੀਮ ਗੁੱਜਰ, ਵੇਖੋ ਮਾਸ਼ਾਅੱਲਾ ਬੱਸ ਸਟੈਂਡ 'ਚ ਕਾਫੀ ਰੌਣਕ ਹੈ। ਅਤੇ ਆ ਜਾਓ ਜੀ ਚੱਲ ਕੇ ਬਹਿੰਦੇ ਹਾਂ ਆਪਣੀ ਸੀਟ 'ਤੇ, ਆਪਣੀ ਬੱਸ ਨੂੰ ਅੰਦਰੋਂ ਬਹਿ ਕੇ ਇੰਜੋਏ ਕਰਦੇ ਹਾਂ ਔਰ ਉਸਤਾਦ ਨਾਲ ਕੋਈ ਗੱਪ ਸ਼ੱਪ ਲਾਉਂਦੇ ਹਾਂ। ਇਹ ਜੀ ਮਾਸ਼ਾਅੱਲਾ ਆਪਣੇ ਉਸਤਾਦ ਬੈਠੇ ਆ ਨਿਊ ਖਾਨ ਦੇ ਡਰਾਈਵਰ। ਅਸਲਾਮ ਅਲੈਕੁਮ ਉਸਤਾਦ ਜੀ, ਕੀ ਹਾਲ ਚਾਲ ਜੀ? ਠੀਕ ਹੋ ਉਸਤਾਦ ਜੀ? ਅੱਛਾ ਮਾਸ਼ਾਅੱਲਾ ਫੈਸਲਾਬਾਦ ਤੋਂ ਇਹ ਗੱਡੀ ਟੁਰਦੀ ਹੈ ਜਾਂ ਪਿੱਛੋਂ ਕਿੱਧਰੋਂ ਆਉਂਦੀ ਹੈ? ਅੱਛਾ ਪਿੱਛੋਂ ਲਈਏ 'ਚੋਂ ਆਉਂਦੀ ਹੈ ਔਰ ਇੱਥੋਂ ਲਾਹੌਰ ਜਾਏਗੀ ਫੈਸਲਾਬਾਦ ਤੋਂ। ਚਲੋ ਮਾਸ਼ਾਅੱਲਾ, ਆਪਣਾ ਨਾਂ ਕੀ ਉਸਤਾਦ ਜੀ? ਅਕਬਰ ਅਲੀ। ਚਲੋ ਜੀ ਮਾਸ਼ਾਅੱਲਾ। ਔਰ ਕਿੰਨੇ ਅਰਸੇ ਤੋਂ ਚਲਾ ਰਹੇ ਉਸਤਾਦ ਜੀ ਤੁਸੀਂ ਗੱਡੀ? 2 ਸਾਲ ਹੋ ਗਏ ਮਾਸ਼ਾਅੱਲਾ, 8 ਨੰਬਰ 'ਤੇ। ਚਲੋ ਜੀ ਮਾਸ਼ਾਅੱਲਾ। ਔਰ ਇਹ ਕੰਪਨੀ ਮਾਲਕ ਦਾ ਨਾਂ? ਅੱਛਾ ਨਿਊ ਖਾਨ ਵਾਲੇ ਮਾਲਕ ਹੈਗੇ ਇਹਦੇ। ਚਲੋ ਜੀ ਮਾਸ਼ਾਅੱਲਾ। ਔਰ ਲਾਹੌਰ ਤੱਕ ਵੀ ਹੁਣ ਤੁਸੀਂ ਲੈ ਕੇ ਜਾਣੀ ਹੈ, ਲਈਏ 'ਚੋਂ ਵੀ ਤੁਸੀਂ ਲੈ ਕੇ ਆਏ ਹੋ ਔਰ ਵਾਪਸੀ ਰੂਟ ਵੀ ਤੁਸੀਂ? ਅੱਛਾ ਤੁਸੀਂ ਨਹੀਂ ਉਤਰਨਾ ਇਹਦੇ ਤੋਂ, ਤੁਸੀਂ ਰਹਿਣਾ ਇਹਦੇ 'ਤੇ। ਚਲੋ ਜੀ ਮਾਸ਼ਾਅੱਲਾ, ਅੱਜ ਤੁਹਾਡੇ ਨਾਲ ਸਫ਼ਰ ਕਰ ਰਹੇ ਹਾਂ ਔਰ ਇਨਸ਼ਾਅੱਲਾ ਲਾਹੌਰ ਤੋਂ ਲੱਗ ਕੇ ਫੈਸਲਾਬਾਦ ਤੋਂ ਲੱਗ ਕੇ ਅਤੇ ਲਾਹੌਰ ਤੱਕ ਇਨਸ਼ਾਅੱਲਾ। ਬੜੀ ਮਿਹਰਬਾਨੀ ਉਸਤਾਦ ਜੀ, ਇਨਸ਼ਾਅੱਲਾ ਜੀ ਅੱਲਾਹ ਤਾਲਾ ਹਰ ਕਿਸੇ ਨੂੰ ਖੈਰ ਖੈਰੀ ਨਾਲ ਲਿਜਾਏ, ਆਮੀਨ। ਔਰ ਜੀ ਗਈ ਕੋਸਤਾਨ ਰਾਵਲ ਪਿੰਡੀ ਵਾਸਤੇ ਔਰ ਉਹ ਮੁੰਡਾਰ ਵੀ ਜਾ ਰਹੀ ਹੈ ਸਾਦਕਾਬਾਦ ਵਾਸਤੇ। ਔਰ ਸਾਹਮਣੇ ਆਪਣਾ ਚੀਮਾ ਆ ਰਿਹਾ ਜੀ ਮੁਲਤਾਨ ਵਾਸਤੇ, ਮਾਸ਼ਾਅੱਲਾ। ਦੂਸਰੀ ਕੋਸਤਾਨ ਲੱਗ ਗਈ ਹੈ ਜੀ ਪਿੰਡੀ ਵਾਸਤੇ,
ਲਓ ਜੀ 7:20 ਔਰ ਆਪਣੀ ਗੱਡੀ ਸਟੈਂਡ 'ਚੋਂ ਫਿਲਹਾਲ ਬਾਹਰ ਜਾ ਰਹੀ ਹੈ, ਲੇਕਿਨ ਹਜੇ ਦਾ ਟਾਈਮ ਹੈ। ਹੁਣ ਅੱਲਾ ਖੈਰ ਕਰੇ ਸਟੈਂਡ 'ਚੋਂ ਬਾਹਰ ਖਲੋਏਗੀ ਔਰ ਇਨਸ਼ਾਲਾ ਪੂਰੇ ਜਿੰਨੇ ਵਜੇ ਨਿਕਲੇਗੀ ਤੁਹਾਨੂੰ ਟਾਈਮ ਡੇਟ ਵਿਖਾਵਾਂਗੇ ਜੀ ਇਨਸ਼ਾਲਾ। ਇਹ ਜੀ ਮਾਸ਼ਾਅੱਲਾ ਫੈਸਲਾਬਾਦ ਬੱਸ ਸਟੈਂਡ 'ਚ ਰੌਣਕ ਲੱਗੀ ਹੈ ਜੀ। 7:20 ਹੋ ਗਏ ਹੈ ਔਰ ਮੰਠਾਰ ਦੂਸਰੀ ਲੱਗ ਗਈ ਹੈ ਸਾਦਕਾਬਾਦ ਵਾਸਤੇ। ਅਰੇ ਮਾਸ਼ਾਅੱਲਾ ਫਰੂਟ ਲਾਇਆ ਕੱਟ ਕੇ, ਗਰਮਾ ਸ਼ਰਮਾ ਹੈ, ਕਿਆ ਬਾਤ ਹੈ। ਮੰਠਾਰ ਉਹ ਬ੍ਰੈਂਡ ਖਲੋਤਾ ਨਿਊ ਚੌਧਰੀ, ਉਹਦੇ ਪਿੱਛੇ ਬੜੀ ਖੂਬਸੂਰਤ ਬੱਸ ਖਲੋਤੀ ਹੈ ਜੀ ਨਿਊ ਚੌਧਰੀ ਦੀ, ਫੋਟਾਬਾਦ ਵਾਸਤੇ, ਹਰੂਨਾਬਾਦ, ਚਿਸ਼ਤੀਆਂ। ਰਾਤੀ ਜਿਹੜੀ 1 ਵਜੇ ਜਾਂਦੀ ਹੈ ਨਾ ਜੀ ਫੈਸਲਾਬਾਦ ਔਰ ਰਾਵਲ ਪਿੰਡੀ, ਬਹੁਤ ਅੱਛੀ ਸਰਵਿਸ ਹੈ। ਸਟੈਂਡ ਦੇ ਬਾਹਰ ਖਲੋਏਗੀ ਜੀ ਗੱਡੀ ਸਵਾਰੀ ਵਾਸਤੇ ਔਰ ਜਦੋਂ ਇਹਦਾ ਟਾਈਮ ਪੂਰਾ ਹੋਏਗਾ ਫਿਰ ਇਹ ਨਿਕਲੇਗੀ ਇਨਸ਼ਾਅੱਲਾ। ਫਿਲਹਾਲ ਤਾਂ ਖਾਲੀ ਹੈ ਸਾਡੀ ਗੱਡੀ। ਇਹ ਖਲੋ ਗਈ ਜੀ ਆਪਣੀ ਗੱਡੀ ਬਾਹਰ ਆ ਕੇ ਥੋੜ੍ਹਾ ਜਿਹਾ। ਇਹ ਵੀ ਗੱਡੀ ਖਲੋਤੀ ਜੇ ਇੱਕ ਨਿਊ ਚੌਧਰੀ ਜਾ ਰਿਹਾ ਜੀ, ਨਿਊ ਚੌਧਰੀ। ਇੱਕ ਹੋਰ ਨਿਊ ਚੌਧਰੀ ਨਿਕਲ ਰਿਹਾ ਜੀ ਫੋਟਾਬਾਸ ਵਾਸਤੇ। ਓਕੇ ਜੀ 8:00 ਔਰ ਮਾਸ਼ਾਅੱਲਾ ਆਪਣੀ ਗੱਡੀ ਇੱਥੋਂ ਰਵਾਨਾ ਹੋ ਰਹੀ ਹੈ ਜੀ। ਟਾਈਮ ਖਤਮ ਹੋ ਗਿਆ ਜੀ 8:00। ਓ ਜੀ ਦੋਸਤੋ ਸੋਹਣੇ ਰੱਬ ਦਾ ਨਾਂ ਲੈ ਕੇ ਅਤੇ ਸਫ਼ਰ ਕਰਦੇ ਹਾਂ ਸ਼ੁਰੂ ਫੈਸਲਾਬਾਦ ਲਾਹੌਰ ਦਾ। ਲਓ ਜੀ ਗੋਲੇ ਦੀ ਝੁੱਗੀ ਆ ਗਈ ਔਰ ਮਾਸ਼ਾਅੱਲਾ ਆਪਣੀ ਗੱਡੀ 'ਚ ਵਾਹਵਾ ਰੌਣਕ ਲੱਗ ਗਈ ਆ। ਥੈਂਕ ਯੂ।
ਜੀ ਜੱਟ ਵਾਲਾ ਟੋਲ ਪਲਾਜ਼ਾ ਆ ਗਿਆ। ਘੋੜਿਆਂ ਵਾਲਾ ਆ ਗਿਆ, ਘੋੜਿਆਂ ਵਾਲਾ ਬਰਸਾਤ ਦੀ ਤਨਹਾਈ ਕੇ ਆਲਮ ਘਰ ਸੇ ਨਿਕਲ ਚਲ ਭੀ ਉਠਾ ਅਭੀ ਜ਼ਿੰਦਾ ਲੈਨੇ ਦੋ ਹਰੀ ਬਰਸੀ ਲੈਨੇ ਦੋ। ਲੋ ਜੀ ਤਕਰੀਬਨ 5 ਮਿੰਟ ਦਾ ਸਟਾਪ ਘੋੜਿਆਂ ਵਾਲੇ ਔਰ ਇੱਥੋਂ ਰਵਾਨਾ ਹੋ ਰਹੀ ਹੈ ਗੱਡੀ। ਦੋਸਤੋ ਸ਼ਾਹਕੋਟ ਟੂਲ ਪਲਾਜ਼ਾ ਆ ਗਿਆ। ਲਓ ਜੀ ਸ਼ਾਹਕੋਟ ਆ ਗਈ ਗੱਡੀ ਆਪਣੀ।
ਜੀ ਸਾਨੂੰ ਰਾਜਾ ਕ੍ਰਾਸ ਕਰ ਗਿਆ। ਔਰ ਜੀ ਮਾਨਾ ਵਾਲੇ ਪਹੁੰਚ ਗਈ ਆ ਗੱਡੀ। ਇਹ ਜੀ ਆਪਣਾ ਮਾਨਾ ਵਾਲਾ। ਲਓ ਜੀ ਮਾਨਾ ਵਾਲਾ 5 ਮਿੰਟ ਸਟਾਪ ਸੀ ਗੱਡੀ ਦਾ, ਔਰ ਫਿਰ ਰਵਾਨਾ ਹੋ ਚੁੱਕੀ ਹੈ ਗੱਡੀ। ਮੈਂ ਇੱਕ ਐਡਵਾਈਸ ਕਰਨੀ ਹੈ ਤੁਹਾਨੂੰ, ਤੁਸੀਂ ਗੱਡੀ ਆਪਣੀ ਔਰ ਜੀ 1 ਮਿੰਟ ਦੇ ਸਟਾਪ ਤੋਂ ਬਾਅਦ ਫਿਰੋਜ਼ ਬਟੂਆ 'ਚੋਂ ਰਵਾਨਾ ਹੋ ਰਹੀ ਹੈ ਗੱਡੀ। ਗਿਆ ਸ਼ੇਖੂਪੁਰਾ ਬਾਈਪਾਸ ਔਰ ਸ਼ਹਿਰ ਜਾ ਰਹੀ ਆਪਣੀ ਗੱਡੀ। ਅਜੀ ਸ਼ੇਖੂਪੁਰਾ ਸ਼ਹਿਰ ਆ ਗਿਆ ਜੀ। ਸ਼ੇਖੂਪੁਰਾ ਬੱਤੀ ਚੌਕ
ਆਖਰੀ ਟੂਲ ਪਲਾਜ਼ਾ ਜੀ, ਬੇਗਮਕੋਟ ਪਹੁੰਚ ਗਈ ਹੈ ਬੱਸ ਆਪਣੀ। ਹੈਲੋ ਜੀ, ਸ਼ਦਾਰਾ ਮੋੜ ਅਤੇ ਜੀ ਸ਼ਦਾਰਾ ਮੋੜ ਅਤੇ ਫਲਾਈਓਵਰ ਵੇਖੋ ਬਣ ਗਿਆ ਹੋਇਆ, ਕਾਫੀ ਅਰਸੇ ਦਾ ਬਣ ਗਿਆ ਜੀ। ਲਓ ਜੀ ਰਾਵੀ ਦਰਿਆ, ਔਰ ਟਾਈਮ ਤੁਹਾਨੂੰ ਅੱਜ ਮੈਂ ਉਤਰ ਕੇ ਦੱਸਣਾ ਕਿ ਕਿੰਨੇ ਘੰਟਿਆਂ 'ਚ ਪਹੁੰਚੇ। ਪਰਲੀ ਸਾਈਡ 'ਤੇ ਪੁੱਲ ਬਲਾਕ ਹੋਇਆ, ਲਾਹੌਰ ਬੱਤੀ ਚੌਕ ਜੀ 12:09 ਔਰ ਇਹ ਖਲੋਤੀ ਹੈ ਯਾਦਗਾਰ ਪੰਪ 'ਤੇ ਗੱਡੀ, ਸਾਹਮਣੇ ਯਾਦਗਾਰ ਹੈ ਜੀ। 2-3 ਮਿੰਟ ਲੱਗਣਗੇ ਇਹਨੂੰ ਬੱਸ ਸਟੈਂਡ ਜਾਂਦੇ ਹਾਂ, ਅਤੇ ਇੱਥੋਂ ਜੀ ਪਵਾ ਰਹੀ ਹੈ ਡੀਜ਼ਲ ਗੱਡੀ ਔਰ ਬੱਸ ਸਟੈਂਡ ਤਕਰੀਬਨ 2-3 ਮਿੰਟ 'ਚ ਪਹੁੰਚ ਜਾਏਗੀ। ਔਰ ਇਹ ਜੀ ਯਾਦਗਾਰ ਮਨਾਰੇ ਪਾਕਿਸਤਾਨ, ਇਹ ਵੇਖੋ ਮਾਸ਼ਾਲਾ ਵੈਗਨ 14 ਇਹ ਵੇਖੋ ਅਜੇ 8 ਅਗਸਤ ਹੈ ਔਰ ਬਾਈ ਨੇ ਗੱਡੀ ਵੇਖੋ ਸਜਾਈ ਆਪਣੀ ਮਾਸ਼ਾਅੱਲਾ। ਇਹ ਜੀ ਪਾਕਿਸਤਾਨ, ਇਹ ਆ ਗਿਆ ਜੀ ਲਾਹੌਰ ਬੱਸ ਸਟੈਂਡ, ਜਨਰਲ ਬੱਸ ਸਟੈਂਡ ਲਾਹੌਰ। ਔਰ ਜਨਾਬ 4 ਘੰਟਿਆਂ 'ਚ ਅਸੀਂ ਪਹੁੰਚ ਹੀ ਆਏ ਹਾਂ ਇੱਥੇ। ਅਤੇ ਦੋਸਤੋ ਪਹਿਲੀ ਦਫਾ ਨਿਊ ਖਾਨ ਬਸਰੇ ਅਤੇ ਫੈਸਲਾਬਾਦ ਤੋਂ ਲਾਹੌਰ ਆਏ ਹਾਂ, 4 ਘੰਟੇ ਲਾਏ ਆ, ਟਾਈਮ ਤਾਂ ਬਹੁਤ ਜ਼ਿਆਦਾ ਲਾਇਆ, ਬਾਕੀ ਤੁਸੀਂ ਕਮੈਂਟ 'ਚ ਆਪਣੀ ਰਾਏ ਜ਼ਰੂਰ ਦੇਣਾ। ਔਰ ਜੀ ਜਿਹੜੇ ਬਾਈ ਟ੍ਰੇਨ ਦੇ ਫੈਨ ਹੈ, ਟ੍ਰੇਨ ਦੇ ਸਫ਼ਰ ਵੇਖਣ ਦਾ ਸ਼ੌਕ ਹੈ ਜਿਨ੍ਹਾਂ ਨੂੰ, ਉਹ ਦੂਸਰੇ ਚੈਨਲ 'ਤੇ ਵੀਡੀਓ ਟ੍ਰੇਨ ਦੇ ਲੱਗ ਚੁੱਕੇ ਜਨਾਬ, ਔਰ ਮੈਂ ਲਿੰਕ ਥੱਲੇ ਦੇ ਦਿਆਂਗਾ, ਲੱਕੀ ਅਲੀ ਖਾਨ 76 ਲਿਖੋਗੇ ਤਾਂ ਸਾਹਮਣੇ ਆ ਜਾਏਗਾ। ਅਤੇ ਮੈਨੂੰ ਦਿਓ ਇਜਾਜ਼ਤ, ਇਨਸ਼ਾਅੱਲਾ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਅਤੇ ਆਪਣਾ ਬਹੁਤ ਸਾਰਾ ਖਿਆਲ ਰੱਖਣਾ, ਉਦੋਂ ਤੱਕ ਅੱਲਾ ਹਾਫਿਜ਼। ਇਹ ਜੀ ਲਾਹੌਰ ਜਨਰਲ ਬੱਸ ਸਟੈਂਡ ਦਾ ਹਾਲ ਹੈ, ਸਮੁੰਦਰ ਬਣਿਆ ਪਿਆ ਅੰਦਰ ਜਾਣ ਸਟੈਂਡ ਦੇ ਬਿਲਕੁਲ, ਜਿਹੜਾ ਅੰਦਰ ਜਾਣਾ ਹੁੰਦਾ ਨਾ ਜੀ, ਉਹ ਰਸਤਾ ਬਿਲਕੁਲ ਪਾਣੀ ਪਾਣੀ ਹੈ ਹਰ ਪਾਸੇ, ਅੰਦਰ ਵੀ ਨਹੀਂ ਜਾ ਸਕਦਾ ਬੰਦਾ।